ਸੀ। ਘੱਗਰ 'ਤੇ ਤੁਸੀਂ ਲੱਗੇ ਹੋ, ਕਿਸ ਸੰਬੰਧ 'ਚ ਘੱਗਰ ਦੀ ਕਿਵੇਂ ਸਫਾਈ ਹੋਈ ਹੈ, ਕੀ ਲੱਗਦਾ ਵੀ ਡਰੇਨ ਮਹਿਕਮੇ ਵੱਲੋਂ ਸਫਾਈ ਕਰੀ ਗਈ ਹੈ? ਇਹਦੀ ਕੋਈ ਵੀ ਸਾਰ ਨਹੀਂ ਲੈਂਦਾ ਹੈਗਾ ਜੀ। ਮੌਕੇ 'ਤੇ ਆ ਕੇ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਜਾਂਦਾ, ਫਿਰ ਪ੍ਰਸ਼ਾਸਨ ਆਉਂਦਾ ਕਰੋੜੋਂ ਰੁਪਈਆਂ ਦਾ ਨੁਕਸਾਨ, ਫਿਰ ਮੁਆਵਜ਼ਾ ਦਿੰਦੇ ਨੇ, ਹੁਣ ਇਹਦੀ ਕੋਈ ਸਾਰ ਨਹੀਂ ਦੇ ਰਹੇ। ਤੁਸੀਂ ਕਿਸ ਤਰੀਕੇ ਨਾਲ ਇਸਦਾ ਹੁਣ ਕੀ ਕੰਮ ਕਰਨ ਲੱਗੇ? ਹੁਣ ਅਸੀਂ ਨੇ ਦੋ ਪਿੰਡ ਹਮੀਰਗੜ੍ਹ, ਸਲੇਮਗੜ੍ਹ, ਭੁੰਦੜ ਭੈਣੀ ਰਲ ਮਿਲ ਕੇ ਸਾਰਿਆਂ ਨੇ 200 ਰੁਪਏ ਕਿੱਲਾ ਕਰਕੇ ਇਹਦੀ ਸਫਾਈ ਕਰਨ ਦਾ ਲਿਖਿਆ ਕੰਮ। ਕੀ ਡਰੇਨ ਮਹਿਕਮੇ ਵੱਲੋਂ ਵੀ ਕੋਈ ਸਫਾਈ ਨਹੀਂ ਕਰੀ ਗਈ? ਨਾ ਨਾ, ਕਦੀ ਨਹੀਂ ਕਰੀ। ਕੋਈ ਆ ਰਿਹਾ ਨਹੀਂ ਡਰੇਨ? ਕਿਵੇਂ ਲੱਗਦਾ ਵੀ ਡਰੇਨ ਮਹਿਕਮੇ ਦਾ ਕੋਈ ਅਫਸਰ ਆਇਆ ਇੱਥੇ? ਨਹੀਂ, ਕੋਈ ਨਹੀਂ ਆਉਂਦਾ। ਤੁਸੀਂ ਹੁਣ ਕੀ ਮੰਗ ਕਰਦੇ? ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਕਰੋੜੋਂ ਰੁਪਈਆ ਮੁਆਵਜ਼ਾ ਦਿੰਦੇ ਹੋ, ਹੁਣ ਸਾਨੂੰ ਦੇ ਦਿਓ ਕੋਈ ਕੋਈ ਮਦਦ, ਅਸੀਂ ਇਹਨੂੰ ਸਫਾਈ ਕਰ ਦਾਂਗੇ। ਜਗਮੀਤ ਸਿੰਘ ਹੈ ਜੀ। ਜਗਮੀਤ ਸਿੰਘ ਜੀ, ਕਿਵੇਂ ਲੱਗਦਾ ਵੀ ਡਰੇਨ ਮਹਿਕਮੇ ਵੱਲੋਂ ਘੱਗਰ ਦੀ ਸਫਾਈ ਕਰੀ ਗਈ ਹੈ? ਨਾ ਜੀ, ਕੋਈ ਸਫਾਈ ਨਹੀਂ ਕਰੀ ਗਈ ਹੈਗੀ। ਡਰੇਨ ਮਹਿਕਮਾ ਦਾ ਕੋਈ ਅਫਸਰ ਤੱਕ ਨਹੀਂ ਆਇਆ ਹੈਗਾ ਕਦੇ ਵੀ ਇਹਦੀ। ਜੇ ਸਫਾਈ ਹੋ ਜੇ ਜੀ ਵਿੱਚੋਂ ਚੰਗੀ ਤਰ੍ਹਾਂ, ਤਾਂ ਹਰ ਸਾਲ ਜਿਵੇਂ ਪਾਣੀ ਟੁੱਟਦਾ, ਇਹਨਾਂ ਦਾ ਕੋਈ ਪਾਣੀ ਟੁੱਟੇ ਜੀ, ਠੀਕ ਹੈ ਜੀ। ਬਾਕੀ ਜੀ ਅਸੀਂ ਪ੍ਰਸ਼ਾਸਨ ਨੂੰ ਵੀ ਦੇਖਦੇ ਹਾਂ, ਸਾਡੇ ਕਈ ਪਿੰਡ ਨੇ ਜਿਵੇਂ ਭੁੰਦੜ ਭੈਣੀ ਹੋ ਗਿਆ, ਸਲੇਮਗੜ੍ਹ ਹੋ ਗਿਆ, ਹਮੀਰਗੜ੍ਹ, ਅਸੀਂ 200 ਰੁਪਏ ਕਿੱਲੇ ਦੇ ਹਿਸਾਬ ਨਾਲ ਵਾਸ਼ ਕਰਕੇ ਆ JVC-ਆਂ ਲਾਈਆਂ ਨੇ ਘੱਗਰ 'ਚੋਂ ਮਿੱਟੀ ਕੱਢ ਕੇ, ਇਹਨੂੰ ਡੂੰਘਾ ਵੀ ਕਰ ਰਹੇ ਹਾਂ ਅਤੇ ਸਾਫ਼ ਵੀ ਕਰ ਰਹੇ ਹਾਂ। ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਜੀ ਵੀ ਸਾਡਾ ਸਾਥ ਦੇਵੇ। ਫਿਰ ਜਿਵੇਂ ਕਿ ਸਾਨੂੰ ਮਾਰ ਦੇ ਪੈਸੇ ਮਿਲਦੇ ਨੇ, ਸਾਨੂੰ ਮਾਰ ਦੀ ਕੋਈ ਲੋੜ ਨਹੀਂ, ਹੁਣ ਸਾਨੂੰ ਪੈਸੇ ਦੇ ਦੇਣਾ, ਅਸੀਂ ਹੁਣੇ ਮਕੋੜ ਸਾਹਿਬ ਤੋਂ ਲੈ ਕੇ ਮੂਣਕ ਤੱਕ ਜਮ੍ਹਾਂ ਸਾਫ਼ ਕਰ ਦਾਂਗੇ ਵੀ ਕਦੇ ਵੀ ਇਹ ਬੰਨ ਟੁੱਟੇ ਨਾ, ਨਾ ਲੋਕਾਂ ਨੂੰ ਪਰੇਸ਼ਾਨੀ ਆਵੇ, ਕਿਸੇ ਕਿਸਾਨ ਦੀ ਫਸਲ ਨਾ ਮਰੇ। ਰਣਧੀਰ ਸਿੰਘ ਜੀ, ਰਣਧੀਰ ਸਿੰਘ ਜੀ, ਕੀ ਲੱਗਦਾ ਵੀ ਘੱਗਰ ਟੁੱਟਣ ਦਾ ਕਾਰਨ ਕੀ, ਕਿ ਡਰੇਨ ਮਹਿਕਮੇ ਵੱਲੋਂ ਸਫਾਈ ਕੀਤੀ ਗਈ ਹੈ ਜੀ? ਨਾ ਜੀ, ਕੋਈ ਸਫਾਈ ਨਹੀਂ ਕੀਤੀ ਗਈ। ਅਸੀਂ DC ਸਾਹਿਬ ਨੂੰ, ਪੰਚਾਇਤਾਂ ਨੂੰ, BDO ਸਾਹਿਬ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜਿਹੜਾ ਜਦੋਂ ਫਲੱਡ ਆ ਜਾਂਦਾ, ਨੱਕਾ ਟੁੱਟਦਾ, ਜਿਹੜੇ ਥੈਲੇ ਦੀ ਸਮੈਂਟ ਵਾਲੇ ਦੀ 50 ਪੈਸੇ ਕੀਮਤ ਹੈ, ਉਹ 5 ਰੁਪਏ ਕੀਮਤ 'ਚ ਇੱਥੇ ਪਹੁੰਚੇ ਹੁੰਦੇ। ਕਬਾੜੀਏ ਵੀ ਉਹਨੂੰ ਜੇ 10,000 ਥੈਲੇ ਦੇ ਪੈਸੇ ਲੈਣਗੇ ਤਾਂ 5,000 ਹੀ ਉਰੇ ਪਹੁੰਚਦੇ ਨੇ, ਅੱਧ ਪਹੁੰਚਦੇ ਪੈਸੇ ਉਹ ਪੂਰੇ ਲੈਂਦੇ ਨੇ, ਪਹੁੰਚਦਾ ਸਮਾਨ ਹੈ ਨਹੀਂ। ਜੇ ਸਾਨੂੰ ਹੁਣ ਮਦਦ ਦੇਵੇ ਤਾਂ ਅਸੀਂ ਹੁਣੇ ਪੈਡੈਂਟ ਕਰ ਦਿੰਦੇ ਹਾਂ ਕੰਮ। ਥੈਲਿਆਂ ਦੀ ਲੋੜ ਨਹੀਂ ਪੈਂਦੀ, ਟਰੈਕਟਰ ਲਾ ਰੱਖੇ ਨੇ, ਮਸ਼ੀਨਾਂ ਲਾ ਰੱਖੇ ਨੇ। DC ਸਾਹਿਬ ਜਾਂ BDO ਸਾਹਿਬ, ਪੰਚਾਇਤਾਂ ਦੇ ਅਫਸਰ, ਸਰਪੰਚ ਸਾਨੂੰ ਹੁਣ ਮਦਦ ਕਰਨ, ਪੈਸੇ ਦੇਣ, ਤਾਂ ਅਸੀਂ ਇੱਥੇ ਹੋਰ ਉੱਚਾ ਬੰਨ ਕਰਦੇ, ਸਫਾਈ ਕਰ ਦਈਏ ਵਿੱਚੋਂ, ਫਿਰ ਕੋਈ ਮੁਸ਼ਕਿਲ ਨਾ ਆਵੇ ਜੀ।